ਸਾਡੇ 84 ਪਿੰਡ ਸੀ ਜਬੂਤਾਂ ਦੇ ਅੱਛਾ ਫਿਰੋਜ਼ਪੁਰ ਦੇ ਜ਼ਿਲ੍ਹੇ 'ਚ ਅੱਛਾ ਜੀ ਹਾਂ ਅੱਛਾ ਵਾਹ ਜੀ ਵਾਹ 84 ਪਿੰਡ ਉਹਨਾਂ ਦੇ ਪੂਰੇ ਸੀ ਪਿੱਛੇ ਜਿਹੜੇ ਸਾਡੇ ਸਿਆਣੇ ਬੰਦੇ ਸੀ ਨਾ ਉਹਨਾਂ ਦੇ ਨਾਲ ਵਿਆਹ ਸ਼ਾਦੀਆਂ ਤੇ ਮਰਗਾਂ ਤੇ ਉਹ ਵੀ ਆਉਂਦੇ ਸੀ ਅਸੀਂ ਵੀ ਜਾਂਦੇ ਸੀ ਭੈਣ ਭਰਾਵਾਂ ਵਾਲਾ ਮਿਲਣ ਵਰਤਣ ਸੀ ਹਾਂ ਪੂਰਾ ਇੱਕੋ ਬਰਾਦਰੀ ਤਰ੍ਹਾਂ ਰਹਿੰਦੇ ਸੀ ਹਾਂ ਇੱਕੋ ਤਰ੍ਹਾਂ ਲਓ ਜੀ ਅਸੀਂ ਇਸ ਵੇਲੇ ਬੈਠੇ ਹਾਂ ਚੱਕ ਨੰਬਰ 53R ਜ਼ਿਲ੍ਹਾ ਉਕਾੜਾ ਦੇ ਵਿੱਚ ਔਰ ਇੱਥੇ ਇੱਕ ਬਜ਼ੁਰਗ ਸਾਡੇ ਨਾਲ ਨੇ ਜਿਨ੍ਹਾਂ ਨੇ 1947 ਦਾ ਜ਼ਮਾਨਾ ਆਪਣੀ ਅੱਖਾਂ ਨਾਲ ਵੇਖਿਆ ਆਪਣੀ ਰੂਹ ਆਪਣੇ ਜੁੱਸੇ 'ਤੇ ਹੰਡਾਇਆ ਹੈ ਅਤੇ ਉਹ ਗੱਲਾਂ ਇਹਨਾਂ ਨੂੰ ਯਾਦ ਵੀ ਨੇ ਆਓ ਇਹਨਾਂ ਨਾਲ ਗੱਲਬਾਤ ਕਰਨੇ ਹਾਂ ਬਾਬਾ ਜੀ ਤੁਹਾਡਾ ਪੂਰਾ ਨਾਂ ਕੀ ਹੈ ਮੇਰਾ ਨਾਂ ਅਸਲ ਤਾਂ ਸੀ ਰਮਜਾਨ ਜੀ ਜੀ ਰੋਜ਼ਿਆਂ ਦਾ ਮੇਰਾ ਜੰਮ ਹੈ ਅੱਛਾ ਜੀ ਅਤੇ ਹੁਣ ਜਾਨ ਉਮਰ ਕਹਿੰਦੇ ਆ ਜਾਨ ਉਮਰ ਦਾ ਆਮ ਹੀ ਹੈ ਕਾਗਜ਼ਾਂ 'ਚ ਵੀ ਹਰ ਪਾਸੇ ਠੀਕ ਹੈ ਹਾਂ ਅਤੇ ਆਪਣਾ ਤਾਲੁਕ ਅਰਾਈ ਬਰਾਦਰੀ ਨਾਲ ਅਤੇ ਜਿਸ ਵੇਲੇ 47 ਦੀ ਵੰਡ ਹੋਈ ਹੈ ਤੁਹਾਡੀ ਉਮਰ ਕਿੰਨੀ ਸੀ ਉਮਰ ਹੋਣੀ 12 ਕੁ ਸਾਲ ਮੈਂ ਦੱਸਿਆ ਸੀ ਉਹਨਾਂ ਨੇ ਗੱਲਾਂ ਯਾਦ ਨੇ ਪਰ ਸਾਰੀਆਂ ਨਹੀਂ ਕੁਛ ਯਾਦ ਹੈਗੀਆਂ ਜਿੰਨਾ ਜਦੋਂ ਕੋ ਉਜਾੜੇ ਪਏ ਅੱਛਾ ਅੱਛਾ ਹਾਂ ਕੁਝ ਨੇੜੇ ਨੇੜੇ ਪਿੰਡਾਂ ਦਾ ਪਿੰਡਾਂ ਪੁੰਡਾਂ ਦਾ ਵੀ ਪਤਾ ਹੈ ਅੱਛਾ ਅੱਛਾ ਠੀਕ ਹੈ ਨੇੜੇ ਨੇੜੇ ਵਾਲਾ ਠੀਕ ਹੈ ਪਿਛਲਾ ਪਿੰਡ ਕਿਹੜਾ ਸੀ ਆਪਣਾ ਮੁੰਡੀ ਛੁਰੀ ਮਾਰਾਂ ਦੇ ਬੜਾ ਅਜੀਬ ਜਿਹਾ ਨਾਂ ਨਹੀਂ ਮੰਡੀ ਛੁਰੀ ਮਾਰਾਂ ਦੀ ਅਜੀਬ ਜਿਹਾ ਨਾਂ ਨਾ ਪੁਰਾਣਾ ਇਹ ਮੁੰਡੀ ਅੱਛਾ ਮੁੰਡੀ ਛੁਰੀ ਮਾਰਾਂ ਦੀ ਇਹਦੇ ਆਸੇ ਪਾਸੇ ਦੇ ਪਿੰਡਾਂ ਦੇ ਕੀ ਨਾਂ ਸੀ ਇੱਕ ਸੀ ਬੁਰਜ ਬੁਰਜ ਠੀਕ ਹੈ ਇੱਕ ਸੀ ਕੀ ਲੱਲੇ ਅੱਛਾ ਇੱਕ ਸੀ ਮੀਰ ਸ਼ਾਹ ਵਾਲਾ ਅੱਛਾ ਇੱਕ ਸੀਗਾ ਡੇਬਾ ਵਾਲਾ ਇੱਕ ਪਹਿਲੂ ਵਾਲਾ ਇੱਕ ਸਲੇਵਿੰਡ ਇੰਨਾ ਮੈਨੂੰ ਆਉਂਦਾ ਠੀਕ ਹੈ ਇਹਦੀ ਤਹਿਸੀਲ ਕਿਹੜੀ ਸੀ ਅਤੇ ਜ਼ਿਲ੍ਹਾ ਕਿਹੜਾ ਸੀ ਜ਼ਿਲ੍ਹਾ ਫਿਰੋਜ਼ਪੁਰ ਸੀ ਅੱਛਾ ਜੀ ਤਹਿਸੀਲ ਜੀਰਾ ਸੀ ਅਤੇ ਸ਼ਹਿਰ ਸਾਨੂੰ ਲੱਗਦਾ ਸੀ ਮਖੂ ਮਖੂ ਹਾਂ ਅਤੇ ਸਟੇਸ਼ਨ ਸਾਡੇ ਕੋਲ ਹੀ ਸੀ ਉਹਦਾ ਨਾਂ ਸੀ ਕੀ ਉਹਦਾ ਨਾਂ ਕੁੜੀ ਆ ਸਟੇਸ਼ਨ ਜੋਗੇ ਵਾਲਾ ਅੱਛਾ ਜੋਗੇ ਵਾਲਾ ਜੋਗੇ ਵਾਲਾ ਬੜੀ ਮਸ਼ਹੂਰ ਜਗ੍ਹਾ ਸੀ ਹਾਂ ਹਾਂ ਮਸ਼ਹੂਰ ਸੀਗੇ ਅੱਛਾ ਗੱਡੀ ਉੱਥੇ ਖੜਾਉਂਦੀ ਸੀ ਅਤੇ ਬਾਬਾ ਜੀ ਇਹ ਜਿਹੜਾ ਆਪਣਾ ਪਿੰਡ ਸੀ ਮੁੰਡੀ ਇਹਦੇ ਵਿੱਚ ਸਾਰੇ ਕੋਰੇ ਨਰੋਲ ਮੁਸਲਮਾਨ ਹੀ ਰਹਿੰਦੇ ਸੀ ਨਹੀਂ ਮੁਸਲਮਾਨ ਬਹੁਤੇ ਸੀ ਅਤੇ ਪੰਜ ਚਾਰ ਘਰ 'ਚ ਚੂੜਿਆਂ ਦੇ ਸੀਗੇ ਚੂੜੇ ਸਾਦੇ ਸੀ ਉਦੋਂ ਹੁਣ ਤਾਂ ਸਾਈ ਹੈ ਨਾ ਜੀ 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 ਹੈਂ ਜੀ 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 ਉਹ ਇੱਥੇ ਵੀ ਹੈਗੇ ਸਾਡੇ ਪਿੰਡ 'ਚ ਅੱਛਾ ਅੱਛਾ ਹੁਣ ਉਹ ਕ੍ਰਿਸਚਨ ਕਮਿਊਨਿਟੀ ਹੋ ਗਈ ਹੈ ਹਾਂ ਉਹ ਥੋੜ੍ਹੇ ਘਰ ਸੀ ਠੀਕ ਹੈ ਪੰਜ ਚਾਰ ਘਰ ਲੋਕ ਕੰਮ ਕੁੰਮ ਕਰਦੇ ਸੀ ਲੋਕਾਂ ਦਾ ਹਾਂ ਜ਼ਿਮੀਂਦਾਰਾਂ ਦੇ ਨਾਲ ਰਲਾਵੇਂ ਹੁੰਦੇ ਸੀ ਆਹੋ ਆਹੋ ਰਲਦੇ ਠੀਕ ਹੈ ਹਿੱਸਿਆਂ 'ਤੇ ਰਲ ਜਾਣਾ ਅਤੇ ਬਾਬਾ ਜੀ ਆਪਣੇ ਪਿੰਡ ਵਿੱਚ ਸਿੱਖਾਂ ਦੇ ਜਾਂ ਹਿੰਦੂਆਂ ਦੇ ਘਰ ਕੋਈ ਨਹੀਂ ਸੀ ਇੱਕ ਬਣੇ ਸੀ ਅਤੇ ਜਿਹੜੇ ਆਸੇ ਪਾਸੇ ਪਿੰਡ ਸੀ ਇਹਨਾਂ ਵਿੱਚ ਵੀ ਸਿੱਖਾਂ ਹਿੰਦੂਆਂ ਦਾ ਕੋਈ ਪਿੰਡ ਹੈ ਸੀ ਨਹੀਂ ਸਾਡੇ ਨੇੜੇ ਕੋਈ ਨਹੀਂ ਇਹ ਸਾਰਾ ਕੋਰਾ ਮੁਸਲਮਾਨਾਂ ਦਾ ਇਲਾਕਾ ਸੀ ਸਾਰਾ ਜ਼ਿਲ੍ਹਾ ਜਿਹੜੀ ਤਹਿਸੀਲ ਸੀ ਨਾ ਹਾਂ ਇਹ ਮੋਮਨ ਇੱਕ ਦੋ ਪਿੰਡ ਸੀ ਸਿੱਖਾਂ ਦੇ ਬਾਕੀ ਸਾਰਾ ਹੀ ਮੁਸਲਮਾਨ ਹੀ ਅੱਛਾ ਅੱਛਾ ਠੀਕ ਹੈ ਅਤੇ ਬਾਬਾ ਜੀ ਲੋਕ ਜਿਹੜੇ ਪਿੰਡ ਦੇ ਸੀ ਸੌਦਾ ਪੱਤਾ ਲੈਣ ਕਿੱਥੋਂ ਜਾਂਦੇ ਸੀ ਸ਼ਹਿਰੋਂ ਕਿਹੜੇ ਸ਼ਹਿਰ ਮਖੂ ਸ਼ਹਿਰ ਸਾਡੇ ਦੇ ਮਖੂ ਸ਼ਹਿਰ ਨੇੜੇ ਹੀ ਸੀ ਅੱਛਾ ਜੀ ਜਿਵੇਂ ਹੁਣ ਸਾਨੂੰ ਆ ਮੁਕਾੜਾ ਲੱਗਦਾ ਜਾਂ ਗੈਂਬਰ ਲੱਗਦਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਗੱਡੀ ਸੀ ਗੱਡੀ ਸਾਡੇ ਫਿਰੋਜ਼ਪੁਰੋਂ ਜਿਹੜੀ ਲੈਣ ਗੱਡੀ ਸਾਡੇ ਕੋਲ ਦੀ ਲੰਘਦੀ ਸੀ ਸਾਡੇ ਪਿੰਡ ਦੇ ਨਾਲ ਜਿਵੇਂ ਇੱਕੋ ਕਿੱਲਾ ਹਟਵੀਂ ਜਿਵੇਂ ਪਿਛਾਂ ਠੀਕ ਹੈ ਨਾਲ ਦੀ ਲੰਘਦੀ ਸੀ ਠੀਕ ਹੈ ਪਰ ਜਲੰਧਰ ਨੂੰ ਜਾਂਦੇ ਸੀ ਗਾਂ ਪਤਾ ਨਹੀਂ ਕਿੱਧਰ ਨੂੰ ਜਾਂਦੇ ਸੀ ਇੰਨਾ ਕੁ ਪਤਾ ਸਾਨੂੰ ਦਰਿਆ ਸਾਡੇ ਕੋਲ ਸੀ ਸਤਲੁਜ ਅੱਛਾ ਉਹ ਐਵੇਂ ਸੀ ਵੀ ਇੱਥੇ ਬੈਠਿਆ ਨਾ ਨਿਗਾਹ ਮਾਰੀਏ ਤਾਂ ਪਾਣੀ ਦੇਖਦਾ ਸੀ ਉਹਦਾ ਬਿਲ ਐਡੇ ਕੁ ਦੂਰ ਸੀ ਜਿਵੇਂ ਅੱਗੇ ਬਾਹ ਇੱਥੇ ਬਿਲਕੁਲ ਕੰਢੇ ਉੱਤੇ ਹੀ ਸੀ ਜਮ ਹਾਂ ਕੰਢੇ ਹੀ ਹੋ ਗਿਆ ਕਿ ਸਹੀ ਹੈ ਅਤੇ ਜਿਹੜਾ ਜੋਗੇ ਵਾਲਾ ਸਟੇਸ਼ਨ ਇਹ ਕਿੰਨੀ ਕੁ ਦੂਰ ਸੀ ਇਹ ਸਾਥੋਂ ਸੀਗਾ ਕੋਈ 5 ਕੁ ਮਰੱਬੇ ਅੱਛਾ ਨੇੜੇ ਸੀ ਬਸ 1.5 ਕਿਲੋਮੀਟਰ ਬਣ ਜਾਂਦਾ ਸੀ ਹਾਂ ਇੰਨਾ ਕੀ ਆ ਠੀਕ ਹੈ ਫਿਰ ਤਾਂ ਪਿੰਡ ਦੀ ਤੁਹਾਡੇ ਜੀ ਜਿਹੜੀ ਹੈ ਸੀ ਬੜੀ ਸੋਹਣੀ ਜਗ੍ਹਾ ਸੀ ਜਗ੍ਹਾ ਸੋਹਣੀ ਦਰਿਆ ਵੀ ਸਟੇਸ਼ਨ ਵੀ ਸ਼ਹਿਰ ਵੀ ਲਾਗੇ ਹਰ ਸ਼ਹਿਰ
ਸਹੀ 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 ਅਤੇ ਪਿੰਡ ਹੋਰ ਵੀ ਸੀਗਾ ਸ਼ਹਿਰ ਛੋਟਾ ਜਿਹਾ ਜਿਵੇਂ ਨਹੀਂ ਆਪਣੇ ਪਹਿਲਾਂ ਸੀ ਇੱਕ ਬਾਜ਼ਾਰ ਸੀਗਾ ਉਹਨੂੰ ਫਤਿਹਗੜ੍ਹ ਕਹਿੰਦੇ ਸੀ ਉਸ ਨੂੰ ਹੀ ਨੇੜੇ ਸੀ ਅੱਛਾ ਫਤਿਹਗੜ੍ਹ ਉਹ ਕਸਬਾ ਟਾਈਪ ਸੀ ਹਾਂ ਕਸਬਾ ਠੀਕ ਹੈ ਠੀਕ ਹੈ ਠੀਕ ਵਾਹ ਜੀ ਵਾਹ ਅਤੇ ਬਾਬਾ ਜੀ ਪਿੰਡ ਦੀਆਂ ਨੰਬਰਦਾਰੀਆਂ ਕਿੰਨੀਆਂ ਸੀ ਉਸ ਦੀਆਂ ਦੋ ਦੋ ਹਾਂ ਇੱਕ ਰਜਬੂਤ ਸੀਗੇ ਅਤੇ ਇੱਕ ਰਾਜੇ ਦੇ ਅੱਛਾ ਇੱਕ ਰਾਜਿਆਂ ਦੇ ਸੀ ਇੱਕ ਰਜਬੂਤਾਂ ਦੇ ਇਹ ਉਹਨਾਂ ਦੇ ਨਾਮ ਹੀ ਯਾਦ ਨੇ ਨੰਬਰਦਾਰਾਂ ਦੇ ਨਹੀਂ ਉਹ ਪੁਰਾਣਿਆਂ ਦਾ ਨਹੀਂ ਯਾਦ ਅਤੇ ਜਿਹੜੇ ਨਵੇਂ ਸੀ ਉਹਨਾਂ ਦੇ ਯਾਦ ਹੈ ਆ ਜਿਹੜੇ ਉਸ ਵੇਲੇ ਸੀ 47 ਵੇਲੇ ਹਾਂ ਇੱਕ ਦਾ ਨਾਂ ਉਹ ਰਜਬੂਤਾਂ ਦਾ ਜਿਹੜਾ ਉਹਦਾ ਨਾਂ ਬਾਗ ਸੀ ਉਸ ਅਸੀਂ ਹੁਣ ਉਹ ਬੈਠੇ ਇੱਧਰ ਆਰਫ ਵਾਲਿਆਂ ਜੀ ਠੀਕ ਹੈ ਜੀ ਅਸੀਂ ਇੱਥੇ 52 ਜਾ ਕੇ ਰਾਜੇ ਜਿੰਨੇ ਵੀ ਸੀ ਅੱਛਾ ਜੀ ਅਤੇ ਉਹ ਰਜਬੂਤ ਉੱਥੇ ਜਾ ਬੈਠੇ ਸਾਡੇ ਪਿੰਡ ਦਾ ਨਾ ਥਾਣੇਦਾਰ ਲੱਗਾ ਸੀ ਉਸ ਜ਼ਮਾਨੇ 'ਚ ਅੱਛਾ ਜੀ ਸੁਲਤਾਨ ਅਹਿਮਦ ਉਹਦਾ ਨਾਂ ਸੀ ਅਤੇ ਉਹ ਥਾਣੇਦਾਰ ਇੱਥੇ ਆਰਫ ਵਾਲੇ ਸੀ ਠੀਕ ਹੈ ਅਤੇ ਉਹਨੇ ਉਹ ਪਿੰਡ ਰੱਖਿਆ ਸੀ ਅਨਾੜ ਚੱਕ ਉਹ ਨਾਲ ਹੀ ਸ਼ਹਿਰ ਦੇ ਹੁਣ ਤਾਂ ਸ਼ਹਿਰ 'ਚ ਰਲਿਆ ਪਿਆ ਠੀਕ ਹੈ ਜੀ ਹਾਂ ਠੀਕ ਹੈ ਅਤੇ ਉਹ ਸਾਨੂੰ ਕਹਿ ਰਹੇ ਵੀ ਆਇਓ ਤੁਹਾਡੇ ਲਈ ਥਾਂ ਰੱਖਿਆ ਹਾਂ ਅਤੇ ਉਹ ਅਸੀਂ ਲੋਕ ਜਿਹੜੇ ਸੀ ਫਿਰ ਇੱਧਰ ਆ ਗਏ ਹਾਂ 52 'ਚ ਠੀਕ ਹੈ 52 'ਚ ਅਸੀਂ ਆਏ ਪਹਿਲਾਂ ਅੱਛਾ ਬਾਬਾ ਅਸੀਂ ਤੁਰ ਕੇ ਆਏ ਹਾਂ ਉੱਥੋਂ ਕਾੜਿਓ ਹਾਂ ਅਤੇ ਆ ਮੀਆਂ ਅਬਦੁਲ ਵਹਾਬ ਹੁੰਦਾ ਸੀ ਆ ਜਿਹੜੇ ਮੀਆਂ ਕੇ ਵਾਜ ਦੇ ਤੁਹਾਨੂੰ ਪਤਾ ਹੀ ਹੋਣਾ ਜੀ 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 ਤੁਹਾਡੇ ਸ਼ਹਿਰ 'ਚ ਆਏ ਬਿਲਕੁਲ ਬਿਲਕੁਲ ਉਹਨਾਂ ਦੀ ਬੜਾ ਹੀ ਹੈ ਬਿਲਕੁਲ ਅਤੇ ਬਾਬਾ ਜੀ ਇਹ ਦੱਸਣਾ ਕਿ ਉਸ ਪਿੰਡ ਵਿੱਚ ਅਰਾਈਂ ਬਾਲੇ ਬੈਠੇ ਸੀ ਨਹੀਂ ਰਾਏ ਥੋੜ੍ਹੇ ਸੀ ਥੋੜ੍ਹੇ ਸੀ ਹਾਂ ਅਤੇ ਬਾਲੇ ਮੁਸਲਮਾਨ ਕਿਹੜੀ ਬਰਾਦਰੀ ਦੇ ਸੀ ਉਹ ਰਜਬੂਤ ਸੀ ਰਜਬੂਤ ਹਾਂ ਮੁਸਲਮਾਨ ਹੀ ਸੀ ਸਾਰੇ ਅੱਛਾ ਅੱਛਾ ਲੇਕਿਨ ਰਜਬੂਤਾਂ ਦੇ ਪਿੰਡ ਸਾਡੇ 84 ਪਿੰਡ ਸੀ ਰਜਬੂਤਾਂ ਦੇ ਅੱਛਾ ਫਿਰੋਜ਼ਪੁਰ ਦੇ ਜ਼ਿਲ੍ਹੇ 'ਚ ਅੱਛਾ ਜੀ ਹਾਂ ਅੱਛਾ ਵਾਹ ਜੀ ਵਾਹ 84 ਪਿੰਡ ਇਹਨਾਂ ਦੇ ਪੂਰੇ ਸੀ ਇਹ ਕਿਹੜੇ ਭੱਟੀ ਰਾਜਪੂਤ ਸੀ ਜਾਂ ਹੋਰ ਕੋਈ ਰਾਜਪੂਤ ਸੀ ਨਹੀਂ ਉਹ ਬਸ ਐਵੇਂ ਹੀ ਬਣ ਗਿਆ ਨਾ ਭੱਟੀ ਭੁੱਟੀ ਗਾਂ ਇੰਨੀ ਗਾਂ ਸਾਨੂੰ ਨਹੀਂ ਨਾ ਸਮਝ ਲੱਗੀ ਬਸ ਰਾਜਪੂਤ ਕਹਿੰਦੇ ਸੀ ਰਾਜਪੂਤ ਕਹਿੰਦੇ ਸੀ ਅਤੇ ਸਾਡੇ ਨਾਲ ਉਹਨਾਂ ਨੇ ਲੈਣ ਦੇਣ ਸੀਗੇ ਅੱਛਾ ਹੁਣ ਤਾਂ ਹੀ ਰਿਹਾ ਹੁਣ ਅਗਲੀ ਮੰਡੀਰ ਨਹੀਂ ਮਿਲਦੀ ਹਾਂ ਪਿੱਛੇ ਜਿਹੜੇ ਸਾਡੇ ਸਿਆਣੇ ਬੰਦੇ ਸੀ ਨਾ ਉਹਨਾਂ ਦੇ ਨਾਲ ਵਿਆਹ ਸ਼ਾਦੀਆਂ ਅਤੇ ਮਰਗਾਂ ਅਤੇ ਉਹ ਵੀ ਆਉਂਦੇ ਸੀ ਅਸੀਂ ਵੀ ਜਾਂਦੇ ਸੀ ਭੈਣ ਭਰਾਵਾਂ ਵਾਲਾ ਮਿਲਣ ਵਰਤਣ ਸੀ ਪੂਰਾ ਇੱਕੋ ਬਰਾਦਰੀ ਤਰ੍ਹਾਂ ਰਹਿੰਦੇ ਸੀ ਹਾਂ ਇੱਕੋ ਤਰ੍ਹਾਂ ਠੀਕ ਹੈ ਠੀਕ ਹਾਂ ਲੜਾਈਆਂ ਪੜ੍ਹਾਈਆਂ ਨਹੀਂ ਸੀ ਹੁੰਦੀਆਂ ਹੁਣ ਵਾਲੀਆਂ ਬਿਲਕੁਲ ਬਿਲਕੁਲ ਅਤੇ ਬਾਬਾ ਜੀ ਇਹ ਜਿਹੜੀ ਤੁਹਾਡਾ ਪਿੰਡ ਸੀ ਮੁੰਡੀ ਛੁਰੀ ਮਾਰਾਂ ਹਾਂ ਛੁਰੀ ਮਾਰਾਂ ਦੀ ਵੱਜਦੀ ਸੀ ਅੱਛਾ ਛੁਰੀ ਮਾਰਾਂ ਦੀ ਮੁੰਡੀ ਇੱਕ ਜਮਾਲ ਮੁੰਡੀ ਸੀ ਅੱਛਾ ਇੱਥੇ ਸਕੂਲ ਹੈ ਸੀ ਸਕੂਲ ਸੀਗਾ ਬੁਰਜ 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 ਨਾਲ ਹੀ ਸਾਡੇ ਪੈਲੀਆਂ ਨਾ ਹਾਦਰ ਆਉਂਦੀ ਸੀ ਜਮਿਆ ਸੜਕ ਲੰਘ ਦੀ ਇੱਧਰ ਸਾਡੀ ਅਤੇ ਇੱਧਰ ਉਹਨਾਂ ਦੀ ਅਤੇ ਉਹ ਰਜਵਾਇਆ ਲੰਘਦਾ ਸੀ ਸਾਡੇ ਉਹ ਰਜਵਾਇਆ ਪਾਰ ਉਹ ਸੀ ਲਾਰ ਅਸੀਂ ਜਿਵੇਂ ਆਪਾਂ ਨੂੰ ਲਾਟਾਂ ਆ ਠੀਕ ਹੈ ਠੀਕ ਹੈ ਠੀਕ ਹੈ ਅਤੇ ਕਿੰਨੀ ਜਮਾਤਾਂ ਦਾ ਸਕੂਲ ਸੀ ਉਹ ਸੀਗਾ ਖਰੇ ਪੰਜਾਂ ਦਾ ਪੰਜਾਂ ਦਾ ਸੀ 6 ਮਹੀਨੇ ਲੰਘੇ ਸੀ ਰੌਲਾ ਪੈਂਦੇ ਨੂੰ ਅੱਛਾ ਸਾਡੇ ਉਹ ਜਿਹੜਾ ਬੁਰਜ ਸੀ ਨਾ ਉੱਥੋਂ ਦਾ ਸੀ ਜੈਲਦਾਰ ਉਹਦਾ ਨਾਂ ਸੀ ਗੁਲਾਮ ਨਬੀ ਅਤੇ ਰਾਜ ਬਰਾਦਰੀ ਦਾ ਸੀ ਅੱਛਾ ਅੱਛਾ ਉਹ ਜੈ ਉਦੋਂ ਹੁੰਦੇ ਸੀ ਸ਼ਿਕਾਇਤ ਬਹੁਤ ਸੀ ਉਹਨਾਂ ਨੂੰ ਜਿਵੇਂ ਆਪਣੇ ਹੁਣ MP MLA ਅੰਗਰੇਜ਼ਾਂ ਦੇ ਉਹ 5-7 ਪਿੰਡਾਂ ਦੇ ਪੰਚਾਇਤਾਂ ਪੰਚਾਇਤਾਂ ਹੋਣੀਆਂ ਜਾਂ ਫੈਸਲੇ ਕਰਨੇ ਉਹਨਾਂ ਕਰਨੇ ਅਤੇ ਠਾਣੇ ਬਿਠਾਣੇ ਜਾਂ ਜਿਵੇਂ ਵੀ ਉਹ ਇਸ ਤਰ੍ਹਾਂ ਬਣਾਏ ਸੀਗੇ ਸ਼ਿਕਾਇਤ ਬਹੁਤ ਇੱਕ ਹੁੰਦਾ ਸੀ ਇੱਕ ਹੁੰਦਾ ਸੀ ਕੀ ਮਨਾ ਲਿਆ ਪਹਿਲਾਂ ਜ਼ੈਲਦਾਰ ਜ਼ੈਲਦਾਰ ਅੱਛਾ ਜੀ ਇਸ ਤਰ੍ਹਾਂ 3 ਆਉਂਦੇ ਸੀਗੇ ਇੱਕ ਨੰਬਰਦਾਰ ਨੰਬਰਦਾਰ ਇਹ ਪਿੰਡਾਂ ਦਾ ਨਿਜ਼ਾਮ ਚੱਲਦਾ ਸੀ ਇਹਨਾਂ ਤਿੰਨਾਂ ਦੇ ਸਿਰ ਤੇ ਚੱਲਦਾ ਹੈ ਜਿਵੇਂ ਆਪਣੇ ਇੱਥੇ ਹੁਣ ਬਣਿਆ ਵੀ ਇੰਨੇ ਸਾਰੇ ਜਾਂ ਚੇਅਰਮੈਨ ਹੋ ਗਿਆ 2 ਪਿੰਡਾਂ ਦਾ ਜਾਂ 4 ਪਿੰਡਾਂ ਦਾ ਇਸ ਤਰ੍ਹਾਂ ਠੀਕ ਹੈ ਹਾਂ ਅੱਛਾ ਫਿਰ ਉਹ ਸਫੈਦ ਪੋਸ਼ ਦੀ ਤੁਸੀਂ ਗੱਲ ਕਰ ਰਹੇ ਸੀ ਹਾਂਜੀ ਉਹਨੇ ਜਾਣਾ ਸੀ ਉਦੋਂ ਆ ਰੇਡੀਓ ਜਾਂ ਕੋਈ ਮੁਸੀਬਤ ਨਹੀਂ ਆ ਨਹੀਂ ਸੀ ਹੁੰਦਾ ਕੁਛ ਵੀ ਨਹੀਂ ਸੀ ਗੌਰਮੈਂਟ ਵੀ ਕੋਈ ਦੱਸੇ ਹੁਣ ਤਾਂ ਸ਼ਾਮ ਨੂੰ ਭੈਣ ਚੋਦ ਇੱਥੋਂ ਬੁੜੀ ਨਿਕਲ ਜਾਵੇ ਸ਼ਾਮ ਨੂੰ ਪਤਾ ਲੱਗ ਜਾਂਦਾ ਭੈਣ ਚੋਦ ਇੰਗਲੈਂਡ 'ਚ ਉਹ ਦੱਸਦੇ ਬੁੜੀ ਨਿਕਲ ਗਈ ਫਲਾਣੇ ਥਾਂ ਬਿਲਕੁਲ ਇੱਦਾਂ ਜੀ ਹਾਂ ਸੁੰਝ ਮਸਾਣ ਸੀ ਸਕੂਨ ਸੀ ਲੋਕਾਂ ਨੂੰ ਜਿਵੇਂ ਸਕੂਨ ਹੁੰਦਾ ਨਾ ਉਵੇਂ ਸਕੂਨ ਸੀ ਅੱਛਾ ਜੀ ਖੇਡਾਂ ਖੁੱਡਾਂ ਲੋਕ ਖੇਡਦੇ ਕੌਡੀ ਜਾਂ ਘੁਲਣਾ ਜਾਂ ਖੁਦੋ ਖੁੰਡੀ ਜਾਂ ਇਹੋ ਜਿਹੇ ਮਾਲ ਚਾਰਨ ਵਾਲੇ ਛੇੜੂ ਛਾੜੂ ਅੱਛਾ ਹੋਰ ਵੀ ਲੋਕ ਬੜੇ ਬੜੇ ਲੋਕ ਜਵਾਨ ਸੀਗੇ ਅਸੀਂ ਦੇਖੇ ਸਾਡੇ ਤਾਇਆ ਚਾਚੇ ਪਿਛਲੇ ਜਿਹੜੇ ਸੀ ਅੱਛਾ ਐਡੇ ਐਡੇ ਜਵਾਨ ਸਾਡੇ 'ਚ ਹੁਣ ਜੰਮਿਆ ਹੀ ਕੋਈ ਨਹੀਂ ਬਿਲਕੁਲ 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 ਬਾਬਾ ਜੀ ਖਾਲਸ ਖੁਰਾਕਾਂ ਸਨ ਹਾਂ ਟੈਨਸ਼ਨ ਕੋਈ ਨਹੀਂ ਸੀ ਨਾ
पैसा घट सी टेंशन कोई नहीं सी। हाँ वो गए ना असी सुनते रहे असी तो माल मूल चारन चले जाना उदों लोग एडी पढ़ाई का ख्याल साढ़े पिंडों चार मुंडे पढ़ते होंगे सी तो मास्टर सी डिब वाले का मैं तुम्हें दसिया चक ठीक है वो गुजर सी ठीक है वो पढ़ाता सी ਠੀਕ ਹੈ ਉਹਨੇ ਸਾਡੇ ਪਿੰਡ ਸਾਣੀ ਲੰਘਣਾ ਜਿਹੜੇ ਚਾਰ ਮੁੰਡੇ ਉਹਨੇ ਲਈ ਜਾਣੇ ਅੱਛਾ ਆਪਦੇ ਨਾਲ ਹੀ ਲੈ ਜਾਂਦਾ ਸੀ ਮਾਸਟਰ ਠੀਕ ਹੈ ਅੱਛਾ ਜੀ ਤੇ ਉੱਥੇ ਕੱਚਾ ਜਿਹਾ ਇੱਕ ਸਕੂਲ ਸੀ ਟਾਹਲੀਆਂ ਟੂਹਲੀਆਂ ਲੱਗੀਆਂ ਸੀ ਜੈਲਦਾਰ ਸੀ ਨਾ ਉੱਥੋਂ ਦਾ ਬੁਰਜ ਬੁਰਜ ਵਾਲੇ ਦਾ ਜੈਲਦਾਰ ਸੀ ਠੀਕ ਹੈ ਠੀਕ ਉੱਥੇ ਸੀ ਕੋਈ ਮਸਲਾ ਅੱਛਾ ਜੀ ਉਹ ਪੜਾਉਂਦਾ ਪੜਾਉਂਦਾ ਰਿਹਾ ਤੇ ਉਹ ਜ਼ਿਮੀਂਦਾਰ ਸੀਗਾ ਹਾਂ